ਮੈਂ ਜ਼ਿੰਦਗੀ 'ਚ ਪਹਿਲੀ ਦਫਾ ਵੇਖਿਆ ਸ੍ਰੀ ਲੰਕਨ ਰਾਣਾ। ਅੱਛਾ, ਕੈਸਾ ਬੇਖਬਰ ਆ, ਡਰਾਮਾ ਮੁੱਕ ਗਿਆ ਤੇ ਮੁੱਛਾਂ ਹੀ ਨਹੀਂ ਲਾ ਰਹੇ। ਤੁਸੀਂ ਵੇਖੋ, ਰਾਣਾ ਸਾਹਿਬ ਨੇ ਪੌਣੀ ਵੀ ਪਾਈ ਹੈ, ਖੁਸਰਿਆਂ ਦੇ ਗੁਰੂ ਲੱਗ ਰਹੇ ਨੇ। ਇਹੋ ਜਿਹਾ ਖੁਸਰਾ ਆਪਣੇ ਗੁਰੂ ਨੂੰ ਕਹਿ ਰਿਹਾ ਹੁੰਦਾ, ਗੁਰੂ ਮੇਰੇ ਬੰਦੇ ਦਾ ਧਿਆਨ ਰੱਖੀ, ਮੈਂ ਆਪਣੀ ਬੁੱਢੀ ਘੋ ਕੇ ਆ ਰਿਹਾ। ਮੌਲੇ ਨੂੰ ਮੌਲਾ ਨਾ ਮਾਰੇ, ਮੌਲਾ ਨਹੀਂ ਮਾਰਦਾ, ਮੌਲਾ ਨਹੀਂ ਮਾਰਦਾ। ਬਾਰਾ ਕੀ ਉਹ ਬਾਰਾ ਓਏ ਉਹ ਬਾਰਾ ਬਈ, ਬਹੁਤ ਹੀ ਮਜ਼ਾ ਆਇਆ। ਹਮ ਸਾਹਿਬ ਕੀ ਰਾਣਾ ਬਣੇ ਹੋ ਤੁਸੀਂ ਯਾਰ? ਇਹ ਮੈਨੂੰ ਕਿਸੇ ਵੇਲੇ ਨਾ ਇੰਜ ਲੱਗਾ ਹੈ ਕਿ ਯਾਰ ਇਹ ਰੋਲ ਮੈਨੂੰ ਕੀ ਵਿੱਕੀ ਸਾਹਿਬ ਨੇ ਕਰਵਾ ਦਿੱਤਾ ਹੈ। ਲੇਕਿਨ ਕੀ ਚੇਂਜ ਕੀ ਆਇਆ ਕਿ ਕੋਠੇ ਤੇ ਜ਼ਿੰਦਗੀ ਗੁਜ਼ਾਰ? ਕੀ ਚੇਂਜ ਆਇਆ, ਐਸਾ ਡਰਾਮਾ ਹੋਇਆ ਸੋਹਣਾ, ਇੱਕ ਸੂਟ ਚ ਤੁਸੀਂ 7 ਦਿਨ ਕੱਢ ਲੈਣੇ। ਪਹਿਲੇ ਤਾਂ ਮੇਰੇ ਪਾਣੀ ਚੀਜ਼ ਹੈ ਕਿ ਲੜਕੀਆਂ ਜਿਸਾ ਮਤਲਬ ਜਿਹੜੇ ਫੀਮੇਲ ਨੇ ਸਾਡੇ, ਯਾਨੀ ਕਿ ਸਾਡੀਆਂ ਮਤਲਬ ਜਿਹੜੀਆਂ ਫੀਮੇਲ ਹੁੰਦੀਆਂ ਨੇ ਉਹਨਾਂ ਦੇ ਬਹੁਤ ਖਰਚੇ ਨੇ, ਤੇ ਤੁਹਾਡੇ ਜਿਹੜੇ ਉਹ ਖਰਚੇ ਨਹੀਂ ਹੈਗੇ? ਨਹੀਂ ਨਹੀਂ ਖਰਚੇ ਉਹ ਪਤਾ ਕੀ ਗੱਲ ਹੈ, ਜ਼ਾਹਰੀ ਗੱਲ ਹੈ ਤੁਸੀਂ ਵਿੱਚ ਸੌਂਗ ਵੀ ਕਰਨੇ ਹੁੰਦੇ ਨੇ, ਡਾਂਸਰ ਵੀ ਸਾਨੂੰ ਚਾਹੀਦੇ ਨੇ, ਤੁਸੀਂ ਡਾਂਸਰ ਵੀ ਚਾਹੀਦਾ ਹੈ, ਮੇਕਅਪ ਮੈਨ ਵੀ ਚਾਹੀਦੇ ਨੇ, ਡਰੈਸ ਵੀ ਚਾਹੀਦਾ ਹੈ, ਜੁੱਤੇ ਵੀ ਚਾਹੀਦੀ, ਅੱਛੀ ਲਿਪਸਟਿਕ ਵੀ ਚਾਹੀਦੀ, ਅੱਛੇ ਆਈ ਸ਼ੇਡ ਵੀ ਚਾਹੀਦੇ ਨੇ, ਆਈ ਬਰੋ, ਫਿਰ ਫੇਸ਼ੀਅਲ ਦੀ ਤਿਆਰੀ, ਪਾਊਡਰ ਦਾ ਖਰਚਾ, ਬੜਾ ਖਰਚਾ ਤੁਹਾਡਾ। ਇਹ ਸਾਰੀਆਂ ਚੀਜ਼ਾਂ ਤੋਂ ਚੋਰੀ ਕੀਤੀਆਂ ਨੇ? ਮੈਂ ਚੋਰੀ ਕੀਤੀ ਮਸਲੇ ਕੀ, ਮੈਂ ਬਹੂ ਵਾਲੇ ਦਾ ਸਾਈਕਲ ਚੋਰ ਚੋਰੀ ਕੀਤੀਆਂ ਨਾ, ਦੱਸ ਰਿਹਾ ਕਿ ਉਹਨਾਂ ਦੇ ਖਰਚੇ ਕਿੰਨੇ ਨੇ, ਮਸਲੇ ਕਿ ਫਿਰ ਉੱਥੇ ਹੀ ਆ ਜਾਂਦਾ ਨਾ ਸਾਹਿਬ। ਅੱਛਾ, ਕੈਸਾ ਬੇਖਬਰ ਆ, ਡਰਾਮਾ ਮੁੱਕ ਗਿਆ ਤੇ ਮੁੱਛਾਂ ਹੀ ਨਹੀਂ ਲਾ ਰਹੇ। ਡਰਾਮੇ ਦੀ ਡਿਮਾਂਡ ਹੈਗੀ ਆ ਰੋਲ ਦੀ, ਰੋਲ ਦੀ ਡਿਮਾਂਡ ਹੈ ਕਿ ਉਹ ਬੰਦਾ ਤਮਾਸ਼ਬੀਨ ਆਇਆ ਨਾ, ਤੇ ਉਹ ਬਾਈਆਂ ਦੇ ਨਾਲ ਚੋਲ ਮੋਲ ਨਹੀਂ ਕਰੇਗਾ ਤੇ ਫਿਰ ਉਹ ਰੋਲ ਅੱਛਾ ਨਹੀਂ ਨਹੀਂ ਤੇ ਇੱਥੋਂ ਇੰਜ ਵਾਲ ਹੈ ਕੰਧੇ ਤੋਂ ਪਿੱਛੇ ਕਰਕੇ ਤੇ ਇੰਜ ਇੰਜ ਇਹ ਕੀ ਹੈ? ਇਹ ਸ਼ੋਲਡਰ ਮੇਰੀ ਕਮਜ਼ੋਰੀ ਹੈ, ਹੈਡਨ ਸ਼ੋਲਡਰ ਮੇਰੀ ਕਮਜ਼ੋਰੀ, ਹੈਡਨ ਸ਼ੋਲਡਰ ਇਹਨਾਂ ਦੀ ਬਹੁਤ ਕਮਜ਼ੋਰੀ ਹੈ, ਇਸ ਕਰਕੇ ਤੁਹਾਡੇ ਸ਼ੋਲਡਰ ਮੈਨੂੰ ਅੱਛੇ ਲੱਗਦੇ ਨੇ, ਇਹ ਭਰਵੇਂ ਸ਼ੋਲਡਰ ਜਿਹੜੇ ਮੈਨੂੰ ਅੱਛੇ ਲੱਗਦੇ। ਅੱਛਾ, ਚਲੋ ਕੋਈ ਗੱਲ, ਤੁਸੀਂ ਵੇਖੋ ਰਾਣਾ ਸਾਹਿਬ ਨੇ ਪੌਣੀ ਵੀ ਪਾਈ ਹੈ, ਖੁਸਰਿਆਂ ਦੇ ਗੁਰੂ ਲੱਗ ਰਹੇ ਨੇ। ਤੇਰੇ ਵਰਗਾ ਨਾ ਖੁਸਰਿਆਂ ਦੇ ਨਾਲ ਹੁੰਦਾ, ਜਿਹਨੇ ਆਟਾ ਵੀ ਲੈਣਾ ਹੁੰਦਾ, ਗੁੜ ਵੀ ਲੈਣਾ ਹੁੰਦਾ, ਤੇ ਢੋਲਕ ਵਾਲੇ ਦੇ ਨਾਲ ਬਹਿ ਕੇ ਨਾ ਗਲਾ ਵੀ ਬੈਠਾ ਤੇ ਉੱਚੀ ਕਹਿ ਰਿਹਾ, ਵੇ ਸੋਨੇ ਦੇ ਆ ਕੰਗਣਾ ਸੌਦਾ ਹੀ ਕੋ ਜਿਆ। ਚਲੋ ਅਸੀਂ ਤੇ ਗਾਣੇ ਗਾਣੇ ਤੇ ਤੁਹਾਡੇ ਵਰਗੇ ਖੁਸਰਿਆਂ ਨੇ ਆਪਣੇ ਡੇਰੇ ਤੇ ਰੱਖੇ ਹੁੰਦੇ ਨੇ ਸਿਰਫ ਪਾਨ ਸ਼ਿਕਲ ਲਿਆਉਣ ਵਾਸਤੇ। ਅੱਛਾ, ਇਹੋ ਜਿਹੇ ਖੁਸਰੇ ਨੂੰ ਬੰਦਾ ਕਵੇ ਨਾ ਚੱਲ ਆ ਕਮਰੇ 'ਚ, ਅੱਗੋਂ ਕਹਿੰਦਾ ਮੈਂ ਗੰਦੇ ਕੰਮਾਂ ਵਾਲਾ ਨਹੀਂ, ਮੈਂ ਦੁਆਵਾਂ ਵਾਲਾ। ਇਹੋ ਜਿਹੇ ਖੁਸਰੇ ਨੂੰ ਕੋਈ ਕਾਸਟ ਨਾ ਕਰੇ ਤੇ ਬਦੋ ਬਦੀ ਕਹਿੰਦਾ ਮੈਂ ਜ਼ਹਿਰ ਪੀਣ ਵਾਲੀ ਆਈਟਮ ਵੀ ਕਰਨਾ। ਇਹੋ ਜਿਹਾ ਖੁਸਰਾ ਆਪਣੇ ਗੁਰੂ ਨੂੰ ਕਹਿ ਰਿਹਾ ਹੁੰਦਾ, ਗੁਰੂ ਮੇਰੇ ਬੰਦੇ ਦਾ ਧਿਆਨ ਰੱਖੀ, ਮੈਂ ਆਪਣੀ ਬੁੱਢੀ ਘੋ ਕੇ ਆ ਰਿਹਾ। ਮੁਖੜੇ ਵਰਗੇ ਖੁਸਰੇ ਨੂੰ ਚੌਧਰੀ ਕਹਿੰਦਾ ਵੀ 3 ਤਰੀਕ ਨੂੰ ਮੇਰੇ ਪੁੱਤਰ ਦਾ ਵਿਆਹ, 1000 ਰੁਪਇਆ ਫੜ ਤੇ ਮੈਨੂੰ ਨਜ਼ਰ ਨਾ ਆਈ, ਪਿੰਡੋਂ ਕੱਢ ਦਿੰਦਾ।
ਮੁਖੜੇ ਦੇ ਹੱਥ ਜਦੋਂ ਗਿਰਾ ਆ ਜਾਏ ਨਾ ਤੇ ਫਿਰ ਜਿਹੜਾ ਮਰਜ਼ੀ ਤੁਮਨ ਖਾਂ ਵੀ ਖਲੋਤਾ ਹੋਵੇ ਫਿਰ ਮੁਖੜਾ ਹੀ ਗਿਰਾ ਨਹੀਂ ਹੋ ਵਿੱਕੀ ਭਾਈ ਬੜੀ ਅੱਛੀ ਗੱਲ ਕਰਦੇ ਹੁੰਦੇ ਨੇ ਕਿ ਜਿਹਦਾ ਸੁਰ ਲੱਗ ਜੇ ਵੱਡੀ ਗੱਲ ਹੁੰਦੀ ਸੁਰ ਲੱਗਣ ਵੱਡੀ ਗੱਲ ਜਿਹਦੇ ਹੱਥ ਆਈਏ ਕਮਾਨ ਫਿਰ ਉਹ ਝਾੜਾਂ ਸਬਕ ਹਾਸਲ ਆਂਦਾ ਕਿ ਕੰਮ ਏ ਅਸੀਂ ਕਦੀ ਆਪਣੇ ਵੱਡੇ ਦਾ ਮਾਇਲ ਨੀ ਕੀਤਾ ਸਾਨੂੰ ਜਿੱਦਾਂ ਮਰਜ਼ੀ ਲੇਕਿਨ ਮਜ਼ਾ ਆਉਂਦਾ ਹਮ ਸਾਹਿਬ ਦੀ ਬਹੁਤ ਆਮਦ ਹੈ ਸਿੱਖਣ ਤੋਂ ਮੁਰਾਦ ਇਹ ਕਿ ਆਪਣੇ ਵੱਡਿਆਂ ਨੂੰ ਦੇਖੋ ਕਿਸ ਤਰ੍ਹਾਂ ਕੰਮ ਕਰਦੇ ਨੇ ਸਹੀ ਬਾਤ ਤੁਹਾਡਾ ਉਹ ਜਿਹੜਾ ਮੌਲੇ ਨੂੰ ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਮੌਲਾ ਨਹੀਂ ਮਾਰਦਾ ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਮੌਲਾ ਨਹੀਂ ਮਾਰਦਾ ਇਹਨੂੰ ਸਮਝਾ ਲੈ ਰੋਸ਼ਨਾ ਠਾ ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਮੌਲਾ ਨਹੀਂ ਮਾਰਦਾ ਮਲਕਾਂ ਦੇ ਕੀ ਮਲਕਾਂ ਦੇ ਅੱਛਾ ਉਹ ਮਲਕਾਂ ਦੇ ਪੋਠਰੇ ਮਾਰੇ ਤੇਰੇ ਡੋਟਰੇ ਵੀ ਮਾਰ ਦੇਵਾਂਗਾ ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਮੌਲਾ ਨਹੀਂ ਮਾਰਦਾ ਉਹ ਚੰਨ ਦੀ ਹੀ ਕੀ ਉਹ ਚੰਨ ਦੀ ਓਏ ਉਹ ਚੰਨ ਦੀ 14 ਨੂੰ ਜੰਝ ਲੈ ਕੇ ਆਉਣੀ ਰੋਟੀ ਕੱਟਣੀ ਨੀ ਚਾਹੀਦੀ ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਮੌਲਾ ਨਹੀਂ ਮਾਰਦਾ 12 ਕੀ ਉਹ 12 ਓਏ ਉਹ 12 ਸੁੱਤਿਆ ਰੋਸ਼ਨ ਤੇਰੇ ਬਗੈਰ ਜੱਟ ਅੱਧਾ ਰਹਿ ਗਿਆ ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਭਰਾ ਨੂੰ ਕੀ ਭਰਾ ਨੂੰ ਉਹ ਤੂੰ ਸ਼ੇਖੂ ਪਰੇ ਬੈਠਾ ਭਰਾ ਨੂੰ ਭੇਜ ਕੇ ਖੜਾਕ ਨਾ ਕਰੋ ਵਾਲੇ ਉਹ ਕੱਲੀ ਰਹਿ ਜਾਵੇਗੀ ਜਾ ਮੌਲੇ ਨੂੰ ਸਭ ਗਾਓ ਸਵਾਬ ਹੋਏਗਾ ਮੌਲਾ ਨਾ ਮਾਰੇ ਮੌਲਾ ਨਹੀਂ ਮਾਰਦਾ ਮੌਲਾ ਨਹੀਂ ਮਾਰਦਾ ਸਾਡੇ ਮੈਡਮ ਖੂਬਸੂਰਤ ਦਾ ਚੈਨਲ ਹੈ ਇਹਨਾਂ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸਬਸਕ੍ਰਾਈਬ ਵੀ ਕਰਨਾ ਤੇ ਬੈਲ ਦਾ ਬਟਨ ਵੀ ਦਬਾਉਣਾ ਹੈ ਜ਼ਰੂਰ ਦਬਾਉਣਾ ਘਰ ਵਾਲੀ ਬੈਲ ਦਾ ਨਹੀਂ ਮੋਬਾਈਲ ਵਾਲੀ ਬੈਲ ਦਾ ਤੁਹਾਨੂੰ ਇੰਜ ਦੀਆਂ ਮੁਹੱਬਤਾਂ ਤੇ ਖੂਬਸੂਰਤ ਚਿਹਰੇ ਤੇ ਸੋਹਣੇ ਸੋਹਣੇ ਕਿੰਨਾ ਨੂਰ ਮੈਂ ਸਦਕੇ ਜਾਵਾਂ ਆਏ ਆਏ ਖੂਬਸੂਰਤ ਤਾਂ ਨਹੀਂ ਹੋ ਗਈ ਇਹ ਚੈੱਕ ਕਰ ਕੀ ਕਰ ਰਹੇ ਹੱਥ ਚ ਉਮਰ ਆ ਬਾਬਾ ਯਕੀਨ ਮੰਨੋ ਇਹ ਮੇਰੀ ਫੇਵਰਿਟ ਅਦਾਕਾਰ ਹੈ ਖੂਬਸੂਰਤ ਕਿਆ ਕਹਨੇ ਤੇ ਅਸੀਂ ਇਹ ਇੱਥੇ ਸ਼ੁਕਲ ਮੇਲਾ ਕਰਨਾ ਹੁੰਦਾ ਹੈ ਗੁੱਸੇ ਘਰ ਜਾ ਕੇ ਕੱਢਣੇ ਹੁੰਦੇ ਯਾਰ ਬਹੁਤ ਬਹਾਦਰ ਹੈ
ਕਿੰਨਾ ਸੋਹਣਾ ਰੰਗ ਹੈ ਵੇ ਤੇਰਾ। ਥੈਂਕ ਯੂ। ਕਿੰਨੇ ਸੋਹਣੇ ਤੇਰੇ ਹੋਂਠ ਨੇ। ਬਾਏ ਰੈੱਡ ਬੁੱਲ ਨੇ। ਰੈੱਡ ਬੁੱਲ ਨੇ ਖੋਲੋ ਤੇ ਸ਼ੁਰੂ ਹੋਵੋ। ਬਲੈਕ ਬੁੱਲ ਸਾਰਾ ਹੁਸਨ ਹੀ ਸ਼੍ਰੀਲੰਕਾ ਨੇ। ਕਿਆ ਬਾਤ, ਲਾਲਗੰਜ ਦਾ ਹੁਸਨ ਹੈ। ਮੰਦਲੀ ਸਾਹਿਬ ਕਹਿ ਰਹੇ ਨੇ ਲੱਗ ਨਹੀਂ ਰਿਹਾ ਮੌਲਾ ਜੱਟ, ਅੱਜ ਲੱਗਦਾ ਸ਼ਾਕ ਖਿਲ ਰਹੇ ਨੇ। ਹਾਏ ਹਾਏ, ਕਲਚ ਪਲੇਟਾਂ ਖਿਲ ਰਹੀਆਂ, ਪ੍ਰੈਸ਼ਰ ਪਲੇਟਾਂ ਲੀਕ ਹੋ ਗਈਆਂ। ਲੇਕਿਨ ਸਾਡੀ ਜਾਨ ਨੇ ਅਹਿਮਦ ਸਾਹਿਬ, ਸਾਡੀ ਜਾਨ ਅਹਿਮਦ ਸਾਹਿਬ ਸ਼ਹਿਜ਼ਾਦੇ ਬੰਦੇ ਨੇ। ਕੰਮ ਦੇ ਵਿੱਚ ਕੋਈ ਲਿਆ ਆਇਆ ਅੱਗੇ ਦੀ ਕਬਰ ਤੇ ਲਿਖਾਇਆ, ਇਸ ਕੇ ਇਲਾਵਾ ਮਾਰੀ ਕੋਈ ਬ੍ਰਾਂਚ ਨਹੀਂ। ਵਾਹ 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 ਵਾਹ। ਓਹ ਹੋ ਹੋ, ਇਹ ਆਪਣੇ ਅੱਬੇ ਦੀ ਕਬਰ ਤੇ ਅਰਸੇ ਤੋਂ ਬਾਅਦ ਗਿਆ, ਕੋ ਬੰਦਾ ਸੇਬ ਰੱਖ ਗਿਆ, ਇਹ ਸੇਬ ਚੁੱਕ ਕੇ ਖਾ ਰਿਹਾ। ਮੈਂ ਕਿਹਾ ਕਿ ਕਹਿੰਦਾ ਕਬਰ ਦਾ ਫਲ ਮਿੱਠਾ ਹੁੰਦਾ। ਕਬਰਸਤਾਨ ਚ ਨਾਸ਼ਤਾ ਲਾ ਲਿਆ ਤੇ ਵੇਟਰ ਨੂੰ ਕਹਿ ਰਿਹਾ 9 ਨੰਬਰ ਲਗਾਣੇ ਕੋ ਪਿਆਲੇ ਲੈ ਆ। ਲੈ 9 ਨੰਬਰ ਕਬਰ ਵਾਲੀ ਕੋ ਪਿਆਲੇ ਲੈ। ਹਾਂ, ਇਹਦੀ ਜੁੱਤੀ ਚੁੱਕੀ ਗਈ ਤੇ ਕਬਰਸਤਾਨ ਜਾ ਕੇ ਖਲੋ ਗਿਆ। ਮੈਂ ਕਿਹਾ ਖੈਰ, ਕਹਿੰਦਾ ਜਿੰਨੇ ਚੁੱਕੀ ਆਉਣਾ ਤੇ ਇੱਥੇ ਹੀ ਆ। ਇੰਝ ਤੇ ਬੰਦੇ ਡਾਕਟਰ ਹੁੰਦੇ ਨੇ ਪਿੰਡਾਂ 'ਚ, ਡਾਕਟਰੀ ਨਹੀਂ ਕਰਦੇ ਸਿਰ, ਜੁਮੇ ਰਾਤ ਦੀ ਰੋਟੀ ਲੈਂਦੀ। ਮੌਲਾ ਡਾਕਟਰ ਆਇਆ, ਮੌਲਾ ਡਾਕਟਰ। ਇਹੋ ਜਿਹਾ ਡਾਕਟਰ ਜਦੋਂ ਸਾਰੀ ਦੁਨੀਆ ਸੌ ਜਾਂਦੀ ਨਾ ਤੇ ਆਪਣੇ ਸਰਿੰਜਾ ਮਾਰ ਰਿਹਾ ਹੁੰਦਾ, ਮੈਨੂੰ ਨੀਂਦ ਕਿਉਂ ਨਹੀਂ ਆਉਂਦੀ, ਸਭ ਸੋ ਗਏ, ਸਭ ਸਲੀਪਿੰਗ ਕਰ ਗਏ। ਇਹੋ ਜਿਹਾ ਡਾਕਟਰ ਆਪਰੇਸ਼ਨ ਕਰਕੇ ਅੱਧੇ ਘੰਟੇ ਬਾਅਦ ਮਰੀਜ਼ ਦੇ ਲਾਹੋ ਕੀਨ ਨੂੰ ਕਹਿ ਰਿਹਾ ਹੁੰਦਾ, ਲਵਾਹੇ ਕੀਨ ਨੂੰ, ਮੈਨੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਸੌਰੀ ਸੌਰੀ। ਇਹ ਵੀ ਬੜਾ ਵੱਡਾ ਡਾਕਟਰ ਹੈ ਮੈਡਮ। ਅੱਛਾ, ਇਹਨੇ ਇੱਕ ਬੰਦੇ ਦਾ ਆਪਰੇਸ਼ਨ ਕੀਤਾ ਤੇ ਖੂਨ ਨਹੀਂ ਬੰਦ ਹੋ ਰਿਹਾ, ਫਿਰ ਇਹਨੇ ਸਵਾਹ ਪਾਤੀ। ਲਓ ਜੀ, ਮੈਡਮ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਲਾਈਕ ਕਰੋ, ਸ਼ੇਅਰ ਕਰੋ, ਔਰ ਬੜੀ ਬੜੀ ਅੱਛੀ ਵੀਡੀਓ ਹੈ, ਬਹੁਤ ਅਲੱਗ ਕਿਸਮ ਦੀ ਵੀਡੀਓ ਬਣਾਉਂਦੇ ਨੇ, ਤੇ ਬੈਲ ਦਾ ਬਟਨ ਜ਼ਰੂਰ ਦਬਾਓ ਮੈਮ। ਤੁਸੀਂ ਕੈਫ ਆਫੀਸ਼ੀਅਲ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਵੀ ਦਬਾਓ ਤੇ ਆਪਣੇ ਦੋਸਤਾਂ ਨਾਲ ਤੁਸੀਂ ਸ਼ੇਅਰ ਵੀ ਕਰੋ। ਤੁਹਾਨੂੰ ਬਹੁਤ ਬਹੁਤ ਅੱਛੇ ਅੱਛੇ ਫਨਕਾਰ ਤੇ ਬਹੁਤ ਅੱਛੀ ਅੱਛੀ ਵੀਡੀਓ ਮਿਲਦੀਆਂ ਰਹਿਣਗੀਆਂ। ਥੈਂਕ ਯੂ ਸੋ ਮਚ।